ਸਤਿ ਸ੍ਰੀ ਅਕਾਲ ਜੀ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਰਪ੍ਰੀਤ ਸਿੰਘ ਗਿੱਲ, ਇੱਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਰੂਆਣਾ ਮੰਡੀ ਬਠਿੰਡਾ ਵਿੱਚ ਕੀਤੀ ਜਨਸਭਾ। ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੇ ਹੱਕ ਵਿੱਚ ਕੀਤਾ ਚੋਣ ਪ੍ਰਚਾਰ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੀਤਾ ਵੱਡਾ ਦਾਅਵਾ, ਕਿਹਾ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਇੰਡੀਆ ਗੱਠਜੋੜ ਦੀ ਹੋਵੇਗੀ ਜਿੱਤ। ਭਾਜਪਾ ਨੂੰ ਲੱਗਿਆ ਵੱਡਾ ਝਟਕਾ, ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂ ਨੇ ਫੜਿਆ ਆਮ ਆਦਮੀ ਪਾਰਟੀ ਦਾ ਪੱਲਾ। ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਵਿੱਚ ਕੀਤਾ ਸਵਾਗਤ। ਤੇ ਹੁਣ ਖਬਰਾਂ ਵਿਸਥਾਰ ਨਾਲ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਜ਼ੋਰ ਸ਼ੋਰ ਦੇ ਨਾਲ ਚੋਣ ਪ੍ਰਚਾਰ ਕਰਨ ਵਿੱਚ ਲੱਗੀਆਂ ਹੋਈਆਂ ਨੇ। ਇਸ ਦੇ ਮੱਦੇਨਜ਼ਰ ਮਿਸ਼ਨ 13-0 ਦੇ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਨੇ ਨਰੂਆਣਾ ਮੰਡੀ ਬਠਿੰਡਾ ਵਿੱਚ ਜਨਸਭਾ ਕੀਤੀ ਅਤੇ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਜਨਸਭਾ ਨੂੰ ਸੰਬੋਧਨ ਕਰਦਿਆਂ ਉਹਨੇ ਕਿਹਾ ਕਿ ਪੰਜਾਬ ਵਿੱਚ ਲੋਕ ਆਮ ਆਦਮੀ ਪਾਰਟੀ ਦਾ ਸਾਥ ਦੇ ਰਹੇ ਨੇ ਅਤੇ ਪੰਜਾਬ ਵਿੱਚ ਸਾਰੀਆਂ ਸੀਟਾਂ ਆਮ ਆਦਮੀ ਪਾਰਟੀ ਜਿੱਤੇਗੀ। ਉਹਨਾਂ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਉੱਤੇ ਵੀ ਤੰਜ ਕਸੇ। ਡਾਕਟਰ ਭੀਮ ਰਾਓ ਅੰਬੇਦਕਰ ਨੇ ਕਿਹਾ ਸੀ, ਵਿੱਦਿਆ ਸਿੱਖਿਆ ਐਜੂਕੇਸ਼ਨ, ਕੋਈ ਹਰਾ ਕਾਰਡ, ਕੋਈ ਕਾਲਾ ਕਾਰਡ, ਕੋਈ ਨੀਲਾ ਕਾਰਡ, ਕੋਈ ਪੀਲਾ ਕਾਰਡ, ਕੋਈ ਜਿਹੜੇ ਮਰਜ਼ੀ ਰੰਗ ਦਾ ਕਾਰਡ ਬਣਾ ਦੇਣ ਸਰਕਾਰਾਂ, ਗਰੀਬੀ ਦੂਰ ਨਹੀਂ ਹੋ ਸਕਦੀ। ਸਿਰਫ ਇੱਕੋ ਹੀ ਚੀਜ਼ ਨਾਲ ਗਰੀਬੀ ਦੂਰ ਹੋ ਸਕਦੀ ਹੈ, ਜੇ ਗਰੀਬਾਂ ਦੇ ਜਵਾਕਾਂ ਨੂੰ ਪੜ੍ਹਾ ਦੋਗੇ, ਜੇ ਗਰੀਬਾਂ ਦੇ ਜਵਾਕਾਂ ਨੂੰ ਅਫਸਰ ਬਣਾ ਦੋਗੇ। ਬਸ ਬਾਬਾ ਸਾਹਿਬ ਅੰਬੇਦਕਰ ਨੇ ਕਿਹਾ ਸੀ, ਸਿੱਖਿਆ ਸ਼ੇਰਨੀ ਦੇ ਦੁੱਧ ਵਰਗੀ ਹੈ, ਜਿਹੜਾ ਉਹਨੂੰ ਪੀ ਗਿਆ ਉਹ ਦਹਾੜੂ ਬਈ ਦਹਾੜੂਗਾ। ਬਸ ਕਿੱਕਲੀ ਕਲੀਰ ਦੀ, ਬੁਰੀ ਹਾਲਤ ਸੁਖਵੀਰ ਦੀ, ਸਮਝ ਕੁਛ ਆਵੇ ਨਾ, ਵੋਟ ਕੋਈ ਇੱਥੇ ਆਵੇ ਨਾ, ਮੱਖੀ ਉੱਡੇ ਨਾ ਪਿੰਡੇ ਤੋਂ, ਸੀਟ ਫਸ ਗਈ ਬਠਿੰਡੇ ਤੋਂ, ਕੰਮ ਕੀਤੇ ਭਗਵੰਤ ਨੇ, ਸਾਡੀ ਪਾਰਟੀ ਦਾ ਅੰਤ ਨੇ। ਭ੍ਰਿਸ਼ਟਾਚਾਰੀਆਂ ਨੂੰ ਕੋਈ ਢਿੱਲ ਨਹੀਂ, ਬਿਜਲੀ ਦਾ ਕੋਈ ਬਿੱਲ ਨਹੀਂ, ਕੱਸੀਆਂ 'ਚ ਪਾਣੀ ਹੈ, ਨੌਕਰੀਆਂ ਦੇਣ ਵਾਲੀ ਲੰਮੀ ਕਹਾਣੀ ਹੈ। ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਿੰਨਾ ਚਿਰ ਵੱਡੇ ਬਲ ਸਾਹਿਬ ਜਿਉਂਦੇ ਸੀ, ਉਹ ਤੋਂ ਬਾਅਦ ਨਾ ਸਮਝੀ ਨਾ ਸੋਚੀ ਹੈ, ਅਕਾਲੀ ਦਲ ਵਾਲੀ ਫੱਟੀ ਫਿਰ ਸਾਰੇ ਜੀਜੇ ਨੇ ਪੋਚੀ ਹੈ। ਮੇਰਾ ਸੁੱਕੀ ਜਾਵੇ ਖੂਨ ਵੇ, ਨਾਲੇ ਉੱਡੀ ਜਾਏ ਸਕੂਨ ਵੇ, ਜਿਉਂ ਜਿਉਂ ਨੇੜੇ ਆਏ ਵੀ ਜਾਵੇ ਵੋਟਾਂ ਵਾਲੀ ਇੱਕ ਜੂਨ ਵੇ। ਅਸੀਂ ਬੜੀ ਮੌਜ ਲੁੱਟੀ ਹੈ, ਘੁੱਗੀ ਛਿੱਤਰ ਨਾਲ ਕੁੱਟੀ ਹੈ, ਹੁਣ ਜਦ ਸਾਡੀ ਮਾਂ ਲੈ ਰਾਜਨੀਤੀ ਵਿੱਚੋਂ ਐਤਕੀ ਬਾਦਲ ਪਰਿਵਾਰ ਦੀ ਛੁੱਟੀ ਹੈ, ਬੋਲੇ ਸੋ ਨਿਹਾਲ। ਇੱਕ ਦਿਨ ਰੋਣ ਹੀ ਲੱਗੀ ਪਈ ਸੀ ਬੀਬਾ, ਉਹ ਤਾਂ ਹਜੇ ਅੱਖਾਂ ਜਿਹੀਆਂ ਗਿੱਲੀਆਂ ਹੋਈਆਂ ਨੇ, ਇਹ ਤਾਂ 3-4 ਦਿਨ ਠਹਿਰੋ ਹਜੇ, ਮੇਰੇ ਗੇੜੇ ਲੱਗ ਜਾਣ, ਤੂੰ 4 ਬਲਾਡੇ ਕਨੀ ਇੱਧਰ, ਉਦੋਂ ਬਾਅਦ ਤਾਂ ਸਿੱਧਾ ਹੀ ਰੋਣਗੇ ਜਵਾਕ, ਹਰਾਉਂਦੇ ਨੇ ਨਾਲੇ ਡਰਾਉਂਦੇ ਨੇ। ਹੁਣ ਪਤਾ ਲੱਗੂਗਾ ਨਾ ਬੀਬਾ ਜੀ ਨੂੰ, ਹੁਣ ਪੰਜਾਬੀ ਬੋਲਣੀ ਪੈ ਰਹੀ ਹੈ, ਹੁਣ ਪੰਜਾਬੀ ਨਿਕਲ ਕੇ ਸਾਹਮਣੇ ਆ ਰਹੀ ਹੈ, ਪਹਿਲਾਂ ਬੋਲੀ ਨਹੀਂ ਸੀ ਕਦੇ, ਬੋਲਣ ਦੀ ਲੋੜ ਹੀ ਨਹੀਂ ਸੀ, ਹੁਣ ਆਉਂਦੇ ਆ। ਭਗਵੰਤ ਮਾਨ ਹੈ, ਇਹ ਸ਼ੂਰਾ ਗੋਪਦਾ, ਇਹ ਪਹਿਲਾਂ ਚੋਨਾ ਫਿਰ ਚੋਨਾ, ਮੈਂ ਕਿਹਾ ਪਹਿਲਾਂ ਝੋਨਾ ਕਹਿੰਦੀ ਹੈ ਜਾਂ ਚੋਣਾ ਕਹਿੰਦੀ ਹੈ, ਪੰਜਾਬੀ ਤਾਂ ਕਦੇ ਪੜ੍ਹੀ ਨਹੀਂ, ਆਪ ਯੂਪੀ ਤੋਂ ਆਏ ਹੋਏ ਨੇ, ਸਾਨੂੰ ਕਹਿੰਦੇ ਨੇ ਯੂਪੀ ਵਾਲੇ, ਬਿਹਾਰ ਵਾਲੇ, ਆਪ ਯੂਪੀ ਤੋਂ ਆਏ ਹੋਏ ਨੇ, ਪੀਲੀਭੀਤ ਜਾ ਕੇ ਕਹਿੰਦੀ ਮੈਂ ਤੁਹਾਡੀ ਧੀ ਹਾਂ, ਇੱਥੇ ਆ ਕਹਿੰਦੇ ਸਾਡੀ ਧੀ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੱਡਾ ਦਾਅਵਾ ਕੀਤਾ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਇੰਡੀਆ ਗੱਠਜੋੜ ਜਿੱਤ ਦਰਜ ਕਰੇਗਾ। ਉਹਨਾਂ ਕਿਹਾ ਕਿ ਚੋਣਾਂ ਦੇ ਹਰ ਪੜਾਅ ਤੋਂ ਬਾਅਦ ਇੰਡੀਆ ਗੱਠਜੋੜ ਜਿੱਤ ਵੱਲ ਵੱਧ ਰਿਹਾ ਹੈ। ਇਸ ਮੌਕੇ ਉਹਨਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਉੱਤੇ ਤਿੱਖੇ ਸ਼ਬਦੀ ਵਾਰ ਕੀਤੀ ਅਤੇ ਕਿਹਾ ਕਿ ਸ਼ਾਹ ਨੇ ਦਿੱਲੀ ਆ ਕੇ ਦਿੱਲੀ ਵਾਸੀਆਂ ਨੂੰ ਗਾਲ ਕੱਢੀ ਹੈ। ਉਹਨਾਂ ਕਿਹਾ ਕਿ ਸ਼ਾਹ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਪੋਰਟਰ ਪਾਕਿਸਤਾਨੀ ਨੇ। ਉਹਨਾਂ ਸਵਾਲ ਕੀਤਾ ਕਿ ਕੀ ਦਿੱਲੀ ਦੇ ਲੋਕ ਪਾਕਿਸਤਾਨੀ ਨੇ ਜਾਂ ਪੰਜਾਬ ਦੇ ਲੋਕ ਪਾਕਿਸਤਾਨੀ ਨੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ। आज मैं आप सबसे तीन बातें करना चाहता हूँ। एक, जैसे जैसे पांचवें चरण का चुनाव कंप्लीट हो गया और जैसे जैसे चुनाव होते जा रहे हैं, वैसे वैसे साफ होता जा रहा है कि 4 जून को मोदी सरकार जा रही है और इंडिया गठबंधन की सरकार बनने जा रही है। ये मैं किस आधार पर बोल रहा हूँ, क्योंकि कई लोगों ने सर्वे किए हैं और जो अब सर्वे के फाइंडिंग्स आ रहे हैं उसे साफ जाहिर है कि 4 जून को इंडिया गठबंधन को अपने दम पे 300 से ज़्यादा सीट मिल रही हैं और इंडिया गठबंधन देश को एक साफ सुथरी और स्थिर सरकार देने की दिशा में बढ़ रहा है। दूसरी बात आज मैं करना चाहता हूँ, कल अमित शाह जी दिल्ली आए थे और दिल्ली आकर उनकी सभा में बताया जाता है जो लोग वहाँ मौजूद थे 500 से भी कम लोग थे और दिल्ली आकर उन्होंने देश के लोगों को अनर्गल गाली गलौज करना चालू किया, जनता को गाली देने लगे। उन्होंने कहा कि आम आदमी पार्टी के सपोर्टर पाकिस्तानी हैं। मैं उनसे पूछना चाहता हूँ, दिल्ली के लोगों ने हमें 62 सीट 56% वोट शेयर दे के सरकार बनाई है, क्या दिल्ली के लोग पाकिस्तानी हैं? पंजाब के लोगों ने हमें 117 में से 92 सीट्स देके सरकार बनाई है, क्या पंजाब के लोग पाकिस्तानी हैं? गुजरात के लोगों ने हमें 14% वोट दिया, क्या गुजरात के भी लोग पाकिस्तानी हैं? गोवा के लोगों ने हमें प्यार दिया, विश्वास दिया, क्या गोवा के लोग भी पाकिस्तानी हैं? पंचायत के चुनाव में, म्यूनिसिपैलिटी के चुनाव में उत्तर प्रदेश में, आसाम में, मध्य प्रदेश में और देश के कई हिस्सों में आम आदमी पार्टी के पंच, सरपंच, म्यूनिसिपल मेयर, काउंसलर चुने गए जगह जगह, क्या इस देश के सभी लोग पाकिस्तानी हैं? ये क्या बात कर रहे हैं आप? आपको प्रधानमंत्री जी ने अपना वारिस चुना है, इस बात का आपको इतना अहंकार हो गया कि आप लोगों को गालियां देने लगे, धमकियां देने लगे? अभी तो आप पीएम बने नहीं हैं और आपको इतना अहंकार हो गया? आपकी जानकारी के लिए बता दूं कि आप पीएम नहीं बन रहे हैं, क्योंकि 4 जून को लोग बीजेपी की सरकार नहीं बना रहे हैं, बीजेपी जा रही है। थोड़ा अहंकार कम कीजिए और जनता को गाली मत दीजिए। अज आम आदमी पार्टी ने भारतीय जनता पार्टी ने एक होर वड्डा झटका दिंदिया साबका विधायक सुखपाल सिंह नन्नू नूं पार्टी में शामिल किया है। पंजाब के मुख्यमंत्री भगवंत मान ने उन्हों का पार्टी में स्वागत किया है। इस दे नाल ही आम आदमी पार्टी फिरोजपुर हल्के में काफ़ी फायदा मिलने की उम्मीद है। दस दिए कि सुखपाल सिंह नन्नू फिरोजपुर तो 2 बार विधायक रह चुके हैं। बादल सरकार के कार्यकाल दौरान उन्होंने बाल विभाग का पार्लीमानी सकत्र नियुक्त किया गया। इस तो इलावा वह भाजपा किसान मोर्चा सैल के सूबा प्रधान भी रह चुके हैं। पटियाला तो श्रोमणी अकाली दल बादल के उम्मीदवार एन के शर्मा वालों अपने विरोधियों को चैलेंज किया गया कि वह इन्नी गर्मी के 2 घंटे उन्होंने नाल बिताउण। उन्होंने कहा कि वह पिंड पिंड जा रहे हैं तो लोग उन्होंने भरमा हुंगारा दे रहे हैं। पटियाला के हलका घनौर के मीटिंगा करदे उन्होंने कहा कि जेकर लोग उन्होंने मौका देंगे तो वह पटियाला का सर्वपक्षी विकास करवाएंगे। मैं सवेर तो ही शुरू करिया, तुसीं देखो गर्मी कितनी है, 45 डिग्री टैंपरेचर के बावजूद भी
ਬਹੁਤ ਵੱਡੀ ਗਿਣਤੀ 'ਚ ਬੀਬੀਆਂ, ਭੈਣ, ਬਜ਼ੁਰਗ, ਨੌਜਵਾਨ ਜਿਹੜੇ ਬਾਹਰ ਮੈਨੂੰ ਆਸ਼ੀਰਵਾਦ ਦੇਣ ਵਾਸਤੇ ਆ ਰਹੇ ਹਾਂ। ਸਾਡਾ ਇਹ ਇਲਾਕਾ ਆ, ਪੁਆਧੀ ਏਰੀਆ, ਮੇਰੀਆਂ ਰਿਸ਼ਤੇਦਾਰੀਆਂ, ਪਾ ਪੜਾਓ ਸਾਰਾ ਕੁਛ ਸਾਂਝਾ ਆ, ਬੜਾ ਆਸ਼ੀਰਵਾਦ ਮਿਲ ਰਿਹਾ। ਸੋ ਮੈਂ ਤਾਂ ਤੁਸੀਂ ਦੇਖੋ ਵੀ ਪਿਛਲੇ 20-25 ਦਿਨਾਂ 'ਚ 30 ਦਿਨਾਂ 'ਚ 400 ਤੋਂ ਉੱਪਰ ਮੀਟਿੰਗਾਂ ਮੈਂ ਕਰ ਚੁੱਕਿਆ, 450 ਮੀਟਿੰਗਾਂ ਹੋ ਜਾਣੀਆਂ ਮੇਰੇ ਖਿਆਲ ਕੱਲ੍ਹ ਤੱਕ, ਅਤੇ ਜਿਹੜੇ ਮੇਰੇ ਵਿਰੋਧੀ ਆ ਉਹ 40 ਵੀ ਨਹੀਂ ਕਰ ਸਕੇ, ਕਿਉਂਕਿ ਉਹਨਾਂ ਕੋਲ ਨਾ ਤਾਂ ਵਰਕਰ ਆ, ਨਾ ਲੀਡਰਾਂ। ਦੂਸਰਾ ਜਿਹੜਾ ਲੋਕਾਂ ਨੂੰ ਧੋਖਾ ਦਿਆ, ਕਾਂਗਰਸ ਨੇ ਵਾਅਦੇ ਕਰਕੇ ਮੁੱਕਰੀ ਆ, ਸ਼੍ਰੋਮਣੀ ਅਕਾਲੀ ਦਲ ਨੂੰ ਦੁਬਾਰਾ ਪੰਜਾਬ 'ਚ ਆਊਗਾ। ਸ਼ਰਮੇ ਨੇ ਚੈਲੰਜ ਵੀ ਕੀਤਾ ਸੀ 47 ਡਿਗਰੀ ਦੇ ਵਿੱਚ ਟੈਂਪਰੇਚਰ ਕੋਈ 2 ਘੰਟੇ। ਹਾਂ, ਚਾਹੇ ਖੜ ਕੇ ਦੇਖ ਲੈਣੇ ਨਹੀਂ, ਮੈਂ ਤਾਂ ਖੇਤੀ ਕਰੀ ਆ, ਮੈਂ ਤਾਂ ਖੇਤੀ ਕਰੀ ਆ ਭਾਅ ਜੀ, ਮੈਂ 2 ਘੰਟੇ ਵੀ ਧੁੱਪਾਂ 'ਚ ਬੈਠ ਸਕਦਾ, ਮੇਰੇ ਵਿਰੋਧੀ ਤਾਂ ਅੱਧਾ ਘੰਟਾ ਬੈਠ ਕੇ ਨਹੀਂ ਦਿਖਾ ਸਕਦੇ। 1 ਜੂਨ ਨੂੰ ਹੁਣ ਜਾ ਰਹੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਪ੍ਰਨੀਤ ਸ਼ੇਰਗਿੱਲ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਹੈ ਕਿ ਇਸ ਵਾਰ ਜ਼ਿਲ੍ਹਾ ਪ੍ਰਸ਼ਾਸਨ ਦਾ 70% ਵੋਟਿੰਗ ਕਰਵਾਉਣ ਦਾ ਟੀਚਾ ਹੈ। ਉਹਨਾਂ ਕਿਹਾ ਕਿ ਲੋਕ ਸਭਾ ਹਲਕੇ ਅੰਦਰ ਕੁੱਲ 1820 ਪੋਲਿੰਗ ਸਟੇਸ਼ਨ ਬਣਾਏ ਗਏ ਨੇ ਅਤੇ ਇੱਕ ਨਵਾਂ ਪੋਲਿੰਗ ਬੂਥ ਸਾਹਨੇਵਾਲ ਵਿਖੇ ਵੀ ਬਣਾਇਆ ਗਿਆ। ਉਹਨਾਂ ਦੱਸਿਆ ਕਿ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਕੁੱਲ 15,52,567 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ, ਜਿਨ੍ਹਾਂ ਵਿੱਚ 8,23,339 ਮਰਦ ਵੋਟਰ, 7,29,196 ਮਹਿਲਾ ਵੋਟਰ ਅਤੇ ਤੀਜੇ ਲਿੰਗ ਦੇ 32 ਵੋਟਰ ਸ਼ਾਮਲ ਨੇ। ਉਹਨਾਂ ਹੋਰ ਦੱਸਿਆ ਕਿ ਹਲਕੇ ਅੰਦਰ ਕੁੱਲ 14 ਉਮੀਦਵਾਰ ਚੋਣ ਮੈਦਾਨ ਵਿੱਚ ਨੇ। ਉਹਨਾਂ ਦੱਸਿਆ ਕਿ ਪਾਰਦਰਸ਼ੀ ਢੰਗ ਨਾਲ ਚੋਣ ਪ੍ਰਕਿਰਿਆ ਮੁਕੰਮਲ ਕਰਵਾਉਣ ਦੇ ਮੰਤਵ ਨਾਲ ਹਲਕੇ ਦੇ 80 ਪੋਲਿੰਗ ਬੂਥਾਂ ਉੱਤੇ ਮਾਈਕਰੋ ਆਬਜ਼ਰਵਰ ਨਿਯੁਕਤ ਕੀਤੇ ਜਾਣਗੇ। ਸਾਡੇ ਟੋਟਲ ਜਿਹੜੇ ਪਾਰਲੀਮੈਂਟਰੀ ਕੌਂਸਟੀਟੂਐਂਸੀ ਫਤਿਹਗੜ੍ਹ ਸਾਹਿਬ 'ਚ ਹੁਣ 1820 ਪੋਲਿੰਗ ਸਟੇਸ਼ਨ ਨੇ ਅਤੇ ਇੱਕ ਨਵਾਂ ਔਗਜ਼ਿਲਰੀ ਬੂਥ ਬਣਿਆ ਹੈਗਾ ਸਾਹਨੇਵਾਲ ਵਿਖੇ। ਇਸ ਤੋਂ ਇਲਾਵਾ ਜਿਹੜੇ ਆਪਣੇ ਟੋਟਲ ਵੋਟਰਸ ਹੈਗੇ ਨੇ ਉਹ 15,52,000 ਟੋਟਲ ਵੋਟਰਸ ਨੇ ਪਾਰਲੀਮੈਂਟਰੀ ਕੌਂਸਟੀਟੂਐਂਸੀ ਫਤਿਹਗੜ੍ਹ ਸਾਹਿਬ ਦੇ। ਕੈਂਡੀਡੇਟਸ ਆਪਣੇ 14 ਨੇ ਅਤੇ ਆਪਣਾ ਇੱਕ ਬੈਲਟ ਯੂਨਿਟ ਲੱਗੇਗਾ, 14 ਕੈਂਡੀਡੇਟਸ ਪਲੱਸ ਇੱਕ ਨੋਟਾ ਦਾ ਉਹਦੇ 'ਚ ਬਟਨ ਹੋਏਗਾ। ਸਾਡੀ ਟੀਮਸ ਪੂਰੀਆਂ ਤਿਆਰ ਹੈਗੀਆਂ ਨੇ, ਵੱਖ ਵੱਖ ਟੀਮਸ ਦਾ ਅਲੱਗ ਅਲੱਗ ਕੰਮ ਉਹਨਾਂ 'ਚ ਡਿਸਟ੍ਰੀਬਿਊਟ ਹੋਇਆ ਹੋਇਆ, ਸਾਰਾ ਕੰਮ ਹੀ ਆਪਣਾ ਐਜ਼ ਪਰ ਸ਼ਡਿਊਲ ਚੱਲ ਰਿਹਾ। ਪੋਲਿੰਗ ਸਟਾਫ ਦੀ ਸਾਡੀ ਰੈਂਡਮਾਈਜੇਸ਼ਨ ਵੀ ਹੋ ਚੁੱਕੀ ਹੈ ਅਤੇ ਪੋਲਿੰਗ ਸਟਾਫ ਨੂੰ ਇੱਕ ਟ੍ਰੇਨਿੰਗ ਵੀ, ਡੀਟੇਲਸ ਟ੍ਰੇਨਿੰਗ, ਹੈਂਡਸ ਔਨ ਟ੍ਰੇਨਿੰਗ ਉਹਨਾਂ ਦੀ ਹੋ ਚੁੱਕੀ ਹੈ, ਜਿਹਦੇ 'ਚ ਕਿ ਉਹਨਾਂ ਨੂੰ ਦੱਸਿਆ ਗਿਆ ਕਿ EVMs ਕਿਵੇਂ ਉਹਨਾਂ ਨੇ ਓਪਰੇਟ ਕਰਨੀ ਹੈ ਅਤੇ ਇਹਦੇ ਨਾਲ ਹੀ ਉਹਨਾਂ ਨੇ ਕਿਵੇਂ ਆਪਣੇ ਫੋਰਮ ਭਰਨੇ ਨੇ, ਕਿਵੇਂ ਰਿਪੋਰਟਸ ਜੋ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਮੈਂਡੇਟ ਹੈਗਾ, ਉਹ ਰਿਪੋਰਟਸ ਉਹਨਾਂ ਨੇ ਕਿਵੇਂ ਸ਼ੇਅਰ ਕਰਨੀਆਂ ਹੈਗੀਆਂ, ਕਿਵੇਂ ਫੋਰਮਸ ਭਰ ਕੇ ਸਾਨੂੰ ਸਬਮਿਟ ਕਰਾਉਣੇ ਨੇ। ਮਾਈਕਰੋ ਓਬਜ਼ਰਵਰਸ ਜਿਹੜੇ ਨੇ ਉਹ ਕੁਛ ਬੂਥ ਹੈਗੇ ਨੇ, ਅਬਾਊਟ 80 ਬੂਥ ਨੇ ਜਿੱਥੇ ਕਿ ਮਾਈਕਰੋ ਓਬਜ਼ਰਵਰਸ ਲੱਗਣਗੇ। ਸਾਰੇ ਹੀ ਪੋਲਿੰਗ ਸਟੇਸ਼ਨਸ 'ਤੇ 100% ਬੂਥਸ 'ਤੇ ਵੈਬਕਾਸਟਿੰਗ ਕੀਤੀ ਜਾਏਗੀ। ਇਹ ਵੈਬਕਾਸਟਿੰਗ ਲਾਈਵ ਹੋਏਗੀ, ਇਹਦਾ ਇੱਕ ਕੰਟਰੋਲ ਰੂਮ ਸਾਡੇ ਦਫ਼ਤਰ ਵਿਖੇ ਹੋਏਗਾ ਅਤੇ ਇੱਕ ਕੰਟਰੋਲ ਰੂਮ CEO ਆਫਿਸ 'ਚ ਹੋਏਗਾ ਅਤੇ ਹੋ ਸਕਦਾ ਹੈ ਕਿ ਦਿੱਲੀ 'ਚ ਵੀ ਇਹਦਾ ਐਕਸੈਸ ਹੋਏ। ਸੋ ਇਹਦੇ ਬਾਰੇ ਅਸੀਂ ਆਪਣੇ ਪੋਲਿੰਗ ਸਟਾਫ ਨੂੰ ਵੀ ਜਾਣਕਾਰੀ ਦਿੱਤੀ ਹੈ ਅਤੇ ਸਾਰਿਆਂ ਨੂੰ ਹੀ ਅਸੀਂ ਪਬਲਿਕ ਨੂੰ ਵੀ ਤੁਹਾਡੇ ਰਾਹੀਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਅਸੀਂ ਬਿਲਕੁਲ ਫਰੀ ਐਂਡ ਫੇਅਰ ਇਲੈਕਸ਼ਨ, ਜੋ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਮੈਂਡੇਟ ਹੈ, ਉਹੀ ਅਸੀਂ ਪੂਰੀ, ਸਾਨੂੰ ਉਮੀਦ ਹੈਗੀ ਹੈ ਕਿ ਅਸੀਂ ਉਸ ਮੁਤਾਬਕ ਕੰਮ ਕਰਾਂਗੇ। 100% ਵੈਬਕਾਸਟਿੰਗ ਹੋਏਗੀ ਜਿਹਦੇ ਨਾਲ ਟ੍ਰਾਂਸਪੇਰੈਂਸੀ ਮੇਨਟੇਨ ਹੋ ਸਕੇ। ਦਿੱਲੀ ਸ਼ਰਾਬ ਘਪਲੇ ਨਾਲ ਜੁੜੇ ਕਥਿਤ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਕੋਈ ਰਾਹਤ ਨਹੀਂ ਮਿਲੀ ਆ। ਰਾਊਜ਼ ਐਵਨਿਊ ਕੋਰਟ ਨੇ
ਮਨੀਸ਼ ਸਿਸੋਦੀਆ ਦੀ ਨਿਆਇਕ ਹਿਰਾਸਤ 31 ਮਈ ਤੱਕ ਵਧਾ ਦਿੱਤੀ ਹੈ। ਮਨੀਸ਼ ਸਿਸੋਦੀਆ ਵੀਡੀਓ ਕਾਨਫਰੰਸਿੰਗ ਰਾਹੀਂ ਜੇਲ੍ਹ ਤੋਂ ਕੋਰਟ ਵਿੱਚ ਪੇਸ਼ ਹੋਏ। ਰਾਊਜ਼ ਐਵਨਿਊ ਕੋਰਟ ਵਿੱਚ ਮਾਮਲੇ ਦੀ ਅਗਲੀ ਸੁਣਵਾਈ 31 ਮਈ ਨੂੰ ਹੋਵੇਗੀ। ਕੋਰਟ ਨੇ ਦੋਸ਼ੀਆਂ ਤੋਂ ਲਿਖਤ ਵਿੱਚ ਦੱਸਣ ਲਈ ਕਿਹਾ ਕਿ ਗੈਰ ਜ਼ਰੂਰੀ ਦਸਤਾਵੇਜ਼ਾਂ ਦੀ ਜਾਂਚ ਲਈ ਕਿੰਨਾ ਸਮਾਂ ਲੱਗੇਗਾ। ਦਿੱਲੀ ਸ਼ਰਾਬ ਘਪਲੇ ਨਾਲ ਜੁੜੇ ਕਥਿਤ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤਿਹਾੜ ਜੇਲ੍ਹ ਵਿੱਚ ਬੰਦ ਨੇ। ਜ਼ਿਕਰਯੋਗ ਹੈ ਕਿ ਪਿਛਲੇ ਸਾਲ 26 ਫਰਵਰੀ 2023 ਨੂੰ ਸਿਸੋਦੀਆ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇਸ ਤੋਂ ਬਾਅਦ ਹੁਣ ਤੱਕ ਉਹਨਾਂ ਨੂੰ ਕੋਈ ਰਾਹਤ ਨਹੀਂ ਮਿਲੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕਿਸਾਨੀ ਮੰਗਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਚੋਣ ਮੁਹਿੰਮ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੈ। ਇਹ ਐਲਾਨ ਬਰਨਾਲਾ ਵਿੱਚ ਸੂਬਾ ਕਮੇਟੀ ਦੀ ਮੀਟਿੰਗ ਤੋਂ ਬਾਅਦ ਕੀਤਾ ਗਿਆ। ਮੀਟਿੰਗ ਵਿੱਚ 23 ਮਈ ਨੂੰ ਪੰਜਾਬ ਦੇ ਪਟਿਆਲਾ ਵਿੱਚ ਹੋਣ ਵਾਲੀ ਭਾਜਪਾ ਦੀ ਰੈਲੀ ਵਿੱਚ ਪ੍ਰਧਾਨ ਮੰਤਰੀ ਮੋਦੀ ਖਿਲਾਫ਼ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਗਿਆ। ਇਸ ਧਰਨੇ ਲਈ ਪੰਜਾਬ ਭਰ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚੋਂ ਵਰਕਰ ਪਟਿਆਲਾ ਪਹੁੰਚਣਗੇ। ਇਸ ਬਾਰੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸਾਡੇ ਰੋਸ ਕਾਰਨ ਪ੍ਰਸ਼ਾਸਨ ਸਾਡੇ ਘਰਾਂ ਉੱਤੇ ਛਾਪੇਮਾਰੀ ਕਰ ਸਕਦਾ। ਅਸੀਂ ਹਰ ਕੀਮਤ ਉੱਤੇ ਸੁਚੇਤ ਰਹਾਂਗੇ ਅਤੇ ਰੋਸ ਪ੍ਰਦਰਸ਼ਨ ਜ਼ਰੂਰ ਕਰਾਂਗੇ। ਉਗਰਾਹਾਂ ਨੇ ਦੱਸਿਆ ਕਿ 23 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਹੱਕ ਵਿੱਚ ਚੋਣ ਰੈਲੀ ਕਰਨ ਲਈ ਪਟਿਆਲਾ ਆ ਰਹੇ ਨੇ। ਸੰਯੁਕਤ ਕਿਸਾਨ ਮੋਰਚਾ ਨੇ ਭਾਜਪਾ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੈ। ਇੱਕ ਵਿਸ਼ੇਸ਼ ਜਿਹੜੀ ਖਬਰ ਮਿਲੀ ਹੈ ਵੀ 23 ਤਰੀਕ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਟਿਆਲੇ ਦੇ ਵਿੱਚ ਆ ਰਹੇ ਨੇ ਪ੍ਰਨੀਤ ਕੌਰ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ। ਉਹਦੇ ਕਰਕੇ ਅਸੀਂ ਅੱਜ ਦੀ ਵਿਸ਼ੇਸ਼ ਪ੍ਰੈਸ ਕਾਨਫਰੰਸ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਅਸੀਂ ਜਿਹੜਾ ਸੰਯੁਕਤ ਮੋਰਚੇ ਦੀ ਕਾਲ ਦੇ 'ਤੇ ਸੱਦਾ ਦਿੱਤਾ ਹੋਇਆ ਬੀਜੇਪੀ ਦਾ ਵਿਰੋਧ ਕਰੋ 2021 ਦੇ ਕਿਸਾਨ ਅੰਦੋਲਨ ਦੌਰਾਨ ਜਿਹੜੀਆਂ ਮੋਰਚੇ ਨਾਲ ਜੁੜੀਆਂ ਹੋਈਆਂ ਮੰਗਾਂ ਰਹਿੰਦੀਆਂ ਨੇ ਉਹਨਾਂ ਕਰਕੇ ਅਤੇ 10 ਸਾਲਾਂ ਦੇ ਵਿੱਚ ਬੀਜੇਪੀ ਦੀ ਕਿਸਾਨ ਅਤੇ ਮਜ਼ਦੂਰ ਵਿਰੋਧੀ ਜਾਂ ਛੋਟੇ ਦੁਕਾਨਦਾਰ ਅਤੇ ਛੋਟੇ ਕਾਰੋਬਾਰ ਵਿਰੋਧੀ ਜਿਹੜੀ ਹੁਣ ਤੱਕ ਦੀ ਪਹੁੰਚ ਰਹੀ ਹੈ ਕਾਰਪੋਰੇਟ ਪੱਖੀ ਪਹੁੰਚ, ਉਹਦੇ ਖਿਲਾਫ਼ ਅਸੀਂ ਪ੍ਰਦਰਸ਼ਨ ਕਰਨ ਜਾ ਰਹੇ ਹਾਂ ਪਟਿਆਲੇ ਦੇ ਵਿੱਚ। ਮੋਦੀ ਦਾ ਜ਼ੋਰਦਾਰ ਵਿਰੋਧ ਕਰਨ ਦੀ ਸਾਡੀ ਤਿਆਰੀ ਹੈ। ਅੱਜ ਦੀ ਜਿਹੜੀ ਮੀਟਿੰਗ ਰੱਖੀ ਸੀ ਅਸੀਂ ਉਹਦੇ ਸੰਬੰਧ 'ਚ ਰੱਖੀ ਸੀ ਅਤੇ ਉਹਦਾ ਜ਼ੋਰਦਾਰ ਤਿਆਰੀਆਂ ਕਿਵੇਂ ਕਿਵੇਂ ਕਰਨੀਆਂ ਨੇ ਸਾਰੀਆਂ ਉਹ ਅਸੀਂ ਜੋਤਬੰਦੀ ਬਣਾ ਕੇ ਸਾਰੇ ਜ਼ਿਲ੍ਹਿਆਂ ਨੂੰ ਕਿਹੜੇ ਕਿਹੜੇ ਜ਼ਿਲ੍ਹੇ ਉੱਥੇ ਲਾਉਣੇ ਆ ਉਹਦੀ ਤਿਆਰੀ 'ਤੇ ਅਸੀਂ ਜ਼ੋਰਦਾਰ ਪ੍ਰਦਰਸ਼ਨ ਕਰਾਂਗੇ। ਉਹਦਾ ਕਿੱਥੇ ਕੀ ਹੁੰਦਾ ਉਹ ਮੌਕੇ ਨਾਲ ਅਸੀਂ ਦੇਖ ਜਾਣ ਦਾ ਤਾਂ ਸਾਧਨਾਂ 'ਤੇ ਜਾਂਦੇ ਜੀ, ਬੱਸਾਂ 'ਤੇ ਜਾਵਾਂਗੇ, ਅਸੀਂ ਆਪਦੇ ਵਹੀਕਲਾਂ ਨਾਲ ਹੀ ਜਾਵਾਂਗੇ, ਮਾਰਚ ਕਰਾਂਗੇ ਉੱਧਰ ਨੂੰ ਪਟਿਆਲੇ ਵੱਲ ਨੂੰ, ਕਿੱਥੇ ਰੋਕਦੇ ਨੇ, ਕੀ ਕਰਦੇ ਨੇ, ਉਹਨਾਂ ਦੀ ਹਾਲਤ ਕਹੀ ਜੀ, ਉਹਨਾਂ ਨੂੰ ਕਿਹੋ ਜਿਹੇ ਮਤਲਬ ਆਦੇਸ਼ ਦਿੱਤੇ ਹੋਏ ਨੇ। ਹੋ ਸਕਦਾ ਉਹਨਾਂ ਦੀ ਪਹਿਲਾਂ ਛਾਪੇਮਾਰੀ ਦੀ ਜੋਤ ਹੋਵੇ ਜਾਂ ਅਗਵਾ ਨੂੰ ਗ੍ਰਿਫਤਾਰ ਕਰਨ ਦੀ ਹੋਵੇ, ਉਹਦਾ ਵੀ ਅਸੀਂ ਚੁਕੰਨੇ ਹੋਵਾਂਗੇ ਇਸ ਗੱਲ ਤੋਂ ਵੀ। ਪਰ ਇਹ ਹਰ ਹਾਲਤ ਦੇ ਵਿੱਚ ਜ਼ੋਰਦਾਰ ਪ੍ਰਦਰਸ਼ਨ ਹੋਊਗਾ, ਵਿਰੋਧ ਹੋਊਗਾ ਉਹਦਾ, ਜਿੱਥੇ ਵੀ ਮੋਦੀ ਸਾਹਿਬ ਜਾਣਗੇ ਉੱਥੇ ਉਹਨਾਂ ਦਾ ਵਿਰੋਧ ਹੋਊ। ਕੇਂਦਰੀ ਕੈਬਨਿਟ ਮੰਤਰੀ ਹਰਦੀਪ ਸਿੰਘ ਪੁਰੀ ਨੇ ਪਟਿਆਲਾ ਤੋਂ ਬੀਜੇਪੀ ਦੇ ਉਮੀਦਵਾਰ ਪ੍ਰਨੀਤ ਕੌਰ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਉਹਨਾਂ ਦਾਅਵਾ ਕੀਤਾ ਕਿ ਪੰਜਾਬ ਦੀਆਂ 13 ਸੀਟਾਂ ਵਿੱਚੋਂ ਭਾਰਤੀ ਜਨਤਾ ਪਾਰਟੀ ਘੱਟੋ ਘੱਟ 6 ਸੀਟਾਂ ਦੇ ਉੱਪਰ ਜਿੱਤ ਦਰਜ ਕਰੇਗੀ ਕਿਉਂਕਿ ਪੰਜਾਬ ਦਾ ਵੋਟਰ ਵੀ ਡਬਲ ਇੰਜਣ ਸਰਕਾਰ ਵੱਲ ਵੱਧ ਰਿਹਾ ਹੈ। ਇਸ ਦੌਰਾਨ ਉਹਨਾਂ ਨੇ ਪਟਿਆਲਾ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 23 ਮਈ ਨੂੰ ਪਟਿਆਲਾ ਵਿੱਚ ਕੀਤੀ ਜਾਣ ਵਾਲੀ ਜਨਸਭਾ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਹੈ। 400 ਭਾਰ ਦੇ ਨਾਅਰੇ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ 2019 ਵਿੱਚ ਭਾਜਪਾ ਨੂੰ 303 ਸੀਟਾਂ ਮਿਲੀਆਂ ਸੀ। ਜੇਕਰ ਸੀਟਾਂ ਵਿੱਚ 10% ਵਾਧਾ ਹੁੰਦਾ ਤਾਂ 333 ਅਤੇ ਜੇਕਰ 15% ਵਾਧਾ ਹੋਇਆ ਤਾਂ ਇਕੱਲੇ ਭਾਜਪਾ ਨੂੰ 345 ਸੀਟਾਂ ਮਿਲਣਗੀਆਂ। ਇਸ ਦੇ ਨਾਲ ਹੀ ਜੇਕਰ ਸਹਿਯੋਗੀ ਅੱਧੀਆਂ ਤੋਂ ਵੀ ਘੱਟ ਸੀਟਾਂ ਹਾਸਲ ਕਰਦੇ ਨੇ ਤਾਂ ਵੀ 400 ਦਾ ਅੰਕੜਾ ਪੂਰਾ ਹੋ ਜਾਵੇਗਾ। ਕਿਸਾਨਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਰੋਧ ਦਾ ਐਲਾਨ ਕੀਤੇ ਜਾਣ ਦੇ ਸਵਾਲ ਉੱਤੇ ਹਰਦੀਪ ਪੁਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੋਦੀ ਤੁਹਾਡੇ ਵੀ ਪ੍ਰਧਾਨ ਮੰਤਰੀ ਨੇ, ਇੱਕ ਨਰੋਈ ਸੋਚ ਦੇ ਨਾਲ ਚੱਲੀਏ ਅਤੇ ਜੋ ਗਲਤ ਫਹਿਮੀਆਂ ਨੇ ਉਹਨਾਂ ਨੂੰ ਦੂਰ ਕਰਕੇ ਪੰਜਾਬ ਨੂੰ ਆਰਥਿਕ ਪੱਖੋਂ ਸਹੀ ਦਿਸ਼ਾ ਵੱਲ ਲੈ ਕੇ ਚੱਲੀਏ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ 2000
2014 ਦਾ ਜਦੋਂ ਚੋਣਾਂ ਹੋ ਰਿਹਾ ਸੀਗਾ ਮੈਂ ਅਸੈਸਮੈਂਟ ਕੀਤੀ ਸੀ ਉਸ ਵਕਤ ਅਸੀਂ ਬੈਕ ਆਫ ਦੀ ਐਨਵਲਪ ਜਿਹੜੇ ਕੈਲਕੂਲੇਸ਼ਨ ਸੀਗੇ ਸਾਡੇ ਤਾਂ ਮੈਂ ਸਦਾ ਜੀ ਮੈਂ ਕਿਹਾ ਯਾਰ ਇਹ 272 ਕਿਸ ਤਰ੍ਹਾਂ ਆਉਣਗੇ ਉਹ ਅਸੀਂ ਸਟੇਟ ਵਾਈਜ਼ ਕਰਦੇ ਸੀਗੇ ਉਸ ਵਕਤ ਮੇਰੇ ਇੱਕ ਸੀਨੀਅਰ ਕੋਲੀਗ ਸੀਗੇ ਉਹਨਾਂ ਨੇ ਕਿਹਾ ਕਹਿੰਦਾ ਯਾਰ ਇਹ ਕੈਲਕੂਲੇਸ਼ਨ ਜਿਹੜੇ ਤੁਸੀਂ ਕਰ ਰਹੇ ਹੋ ਇਹਦੇ 'ਚ ਅਰਿਥਮੈਟਿਕ ਨਹੀਂ ਚੱਲਦਾ ਗਣਿਤ ਨਹੀਂ ਚੱਲਦੀ ਇਹਦੇ ਕੈਮਿਸਟਰੀ ਹੁੰਦੀ ਹੈ ਅਤੇ 2014 'ਚ ਹੋਪ ਸੀਗੀ ਅਤੇ ਸਾਡੇ ਪਹਿਲੀ ਵਾਰ 37 ਸਾਲ ਦੇ ਬਾਅਦ ਵੀ ਰੀਚ 272 ਵੀ ਰੀਚ 292 2019 ਜਦੋਂ ਅਸੀਂ ਇਲੈਕਸ਼ਨ ਲੜਨ ਗਏ ਸੀਗੇ ਅਤੇ ਅਮਿਤ ਸ਼ਾਹ ਜੀ ਨੇ ਇੱਕ ਛੋਟੀ ਮੰਤਰੀਆਂ ਦੀ ਟੋਲੀ ਬਣਾਈ ਅਤੇ ਸਾਨੂੰ ਇਹ ਕਿਹਾ ਬਾਈ ਕੈਨ ਆਈ ਹੈਵ ਸਮ ਸਾਇਲੈਂਸ ਦੇਅਰ ਅਮਿਤ ਸ਼ਾਹ ਜੀ ਨੇ 4-5 ਮੰਤਰੀਆਂ ਨੂੰ ਬੁਲਾ ਕੇ ਕਿਹਾ ਕਿ ਤੁਸੀਂ ਇੱਕ ਕੰਮ ਕਰੋ ਜਿਹੜੀਆਂ ਤੁਹਾਡੀਆਂ ਕੇਂਦਰ ਦੀਆਂ ਯੋਜਨਾਵਾਂ ਹੈਗੀਆਂ ਸੈਂਟਰ ਦੀਆਂ ਸਕੀਮ ਉਹਦੇ ਦੇਖੋ ਕਿੰਨੇ ਲਾਭਾਰਥੀ ਹੈਗੇ ਇਹਨਾਂ ਦੇ ਅਤੇ ਅਸੀਂ ਕੈਲਕੂਲੇਸ਼ਨ ਕੀਤੀ ਸੀ ਸਾਡੇ 22 ਕਰੋੜ ਬੈਨੀਫਿਸ਼ਰੀ ਸੀਗੇ ਸੈਂਟਰਲ ਸਕੀਮ ਦੇ ਅਤੇ ਸਾਨੂੰ ਵੋਟਾਂ ਪਈਆਂ ਸੀ 22 ਕਰੋੜ 90 ਲੱਖ ਅਤੇ ਅਸੀਂ 303 'ਤੇ ਪਹੁੰਚ ਗਏ ਸੀ ਇਸ ਵਾਰ ਅਸੀਂ ਕੈਲਕੂਲੇਸ਼ਨ ਕੀਤੀ ਹੈ ਕਿਉਂਕਿ ਇਹ ਜਿਹੜੀਆਂ ਸੈਂਟਰਲ ਸਕੀਮਸ ਹੈਗੀਆਂ 2014 ਮੋਦੀ ਜੀ ਆਏ ਸੀਗੇ 2014 ਮਈ 'ਚ 2014 ਜੂਨ 'ਚ ਨੋਟ 2014 2015 ਜੂਨ 'ਚ ਇਹ ਸ਼ੁਰੂ ਹੋਈਆਂ ਸੀਗੀਆਂ ਉਹਦੇ ਲਾਭਾਰਥੀ ਤੁਸੀਂ ਅਗਰ ਗਿਣੋ ਤਾਂ 33 ਕਰੋੜ ਤੋਂ ਜ਼ਿਆਦਾ ਬੰਦੇ ਨੇ ਅਗਰ ਇਹ 33 ਕਰੋੜ ਦੀ ਮੇਰੀ ਫਿਗਰ ਠੀਕ ਹੈਗੀ ਅਤੇ ਜਿਹੜੀ ਵਿਮੈਨ ਵੋਟ ਹੈ ਫਸਟ ਟਾਈਮ ਵੋਟਰਸ ਹੈਗੇ ਸਾਰੇ ਇਹ ਮਿਲਾ ਕੇ ਮੈਂ ਕਹਿਣਾ ਜਿਹੜੀ ਮੇਰੀ ਅਸੈਸਮੈਂਟ ਹੈ ਹੁਣ ਮੈਂ ਤਾਂ ਆਪਣੀ ਅਸੈਸਮੈਂਟ ਦੇ ਦਾਂ ਸਰਦਾਰ ਸਾਹਿਬ ਨੇ ਸਵਾਲ ਪੁੱਛਿਆ ਚੜ੍ਹਦੀ ਕਲਾ ਦੇ ਕੀ ਹੈਗਾ ਪਿਛਲੇ ਚੁਣਾਵ ਵਿੱਚ ਸਾਡੇ 303 ਆਏ ਸੀਗੇ ਅਗਰ 10% ਵੀ ਸਾਡੀ ਸੀਟਾਂ ਵਧੀਆਂ ਨੇ ਤਾਂ 303 ਤੋਂ ਲੈ ਕੇ 333 ਪਹੁੰਚਦੀਆਂ ਨੇ ਅਗਰ 15% ਵਧੀਆਂ ਨੇ 345 ਪਹੁੰਚਦੀਆਂ ਨੇ ਸਾਡੇ 37 ਅਲਾਈਜ਼ ਨੇ ਮੇਰਾ ਸੌਭਾਗਿਆ ਸੀਗਾ ਜਦੋਂ ਮੋਦੀ ਜੀ ਨੇ ਆਪਣਾ ਨੋਮੀਨੇਸ਼ਨ ਭਰਿਆ ਮੈਂ ਸੀਗਾ ਉੱਥੇ ਅਤੇ ਸਾਰੇ ਅਲਾਈਜ਼ ਨਹੀਂ ਸੀਗੇ ਪਰ ਅਗਰ 37 ਅਲਾਈਜ਼ ਵਿੱਚੋਂ ਅੱਧੇ ਵੀ 2 ਜਾਂ 3 ਸੀਟਾਂ ਲੈ ਆਉਣ 2 ਸੀਟਾਂ ਵੀ ਲੈ ਆਉਣ ਤਾਂ 18+2 × 2 = 36+3 = 40 = 45 ਇਹ ਹੈ ਸੈਂਟੀਮੈਂਟ ਦੇਖੋ ਮੈਂ ਕਿਸਾਨ ਸਾਡੇ ਭਰਾ ਨੇ ਜੋ ਕਿਸਾਨਾਂ ਦੇ ਮੁੱਦੇ ਹੈਗੇ ਉਹ ਸਾਡੇ ਮੁੱਦੇ ਹੈਗੇ ਉਹਨਾਂ ਦੇ ਰਿਐਲਿਟੀ ਹੈ ਉਹਨਾਂ ਨੂੰ MSP ਹੋਰ ਚਾਹੀਦਾ ਜਗ ਮੋਦੀ ਜੀ ਨੂੰ ਪੂਰਾ ਕਰਨਗੇ ਔਰ ਉਹਨਾਂ ਨੇ 3 ਕਾਨੂੰਨ ਪਾਸ ਕਰਨ ਦੇ ਬਾਅਦ ਵੀ ਉਹਨਾਂ ਨੂੰ ਕੋਈ ਹੈਜੀਟੇਸ਼ਨ ਨਹੀਂ ਸੀ ਅਗਰ ਇਹ ਦੂਸਰੀ ਤਰਫ ਜ਼ਿਲ੍ਹਾ ਲਾਂਗੇ ਬਾਪ ਕਿਸਾਨ ਭਾਈਆਂ ਨੂੰ ਕੁਛ ਲੋਕ ਮੋਟੀਵੇਟ ਕਰਤੇ ਹੈ ਚਾਬੀ ਦੇਤੇ ਹੈ ਪਰ ਉਹ ਸਭ ਕੁਛ ਸਮਝ ਆ ਰਹੀ ਹੈ ਉਹ ਹਮਾਰੇ ਉਨਕੀ ਕਿਆ ਕੰਟਰੀਬਿਊਸ਼ਨ ਰਹੀ ਹੈ ਕਿਸਾਨੋ ਕੀ ਹਮਾਰੇ ਅੰਨਦਾਤਾ ਹੈ ਇਸ ਲਈ ਉਹਨਾਂ ਦਾ ਕਹਿ ਕੇ ਹੁਣ ਕਿਸੇ ਸਿੱਖਾਂ ਨੂੰ ਕੋਈ ਪੁੱਟ ਲੇਬਲਸ ਆਉਂਦਾ ਇਹ ਬਿਲਕੁਲ ਗਲਤ ਗੱਲ ਹੈਗੀ ਅਤੇ ਮੈਂ ਤੁਹਾਨੂੰ ਕਹਿਣਾ ਆਉਣ ਵਾਲੇ ਟਾਈਮ 'ਚ ਇਹ ਵੀ ਜਿਹੜੀ ਮਿਸਅੰਡਰਸਟੈਂਡਿੰਗ ਇਹ ਵੀ ਦੂਰ ਹੋ ਜਾਏਗੀ ਆਮ ਆਦਮੀ ਪਾਰਟੀ ਦੇ ਜਗਵੀਰ ਬਰਾੜ ਹੁਣ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਜਗਵੀਰ ਬਰਾੜ ਜਲੰਧਰ ਛਾਉਣੀ ਦੇ ਸਾਬਕਾ ਵਿਧਾਇਕ ਰਹਿ ਚੁੱਕੇ ਨੇ ਜਗਵੀਰ ਸਿੰਘ ਬਰਾੜ ਦਿੱਲੀ ਸਥਿਤ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਨੇ ਜਗਵੀਰ ਸਿੰਘ ਬਰਾੜ ਨੇ ਕਿਹਾ ਕਿ ਉਹਨੇ ਆਮ ਆਦਮੀ ਪਾਰਟੀ ਨੂੰ ਇਸ ਲਈ ਛੱਡਿਆ ਕਿਉਂਕਿ ਉਹਨਾਂ ਨੇ ਜੋ ਵਾਅਦੇ ਕੀਤੇ ਸਨ ਉਹ ਪੂਰੇ ਨਹੀਂ ਕੀਤੇ ਅਤੇ ਪੰਜਾਬ ਪਿੱਛੇ ਜਾ ਰਿਹਾ ਹੈ ਇਸ ਲਈ ਉਹ ਭਾਜਪਾ ਵਿੱਚ ਸ਼ਾਮਲ ਹੋਏ ਨੇ ਆਮ ਆਦਮੀ ਪਾਰਟੀ ਛੋੜਨੇ ਕੀ ਵਜ੍ਹਾ ਕਿ ਵਹਾਂ ਪਰ ਸਤਿਕਾਰ ਨਹੀਂ ਕਰਤੀ ਪਾਰਟੀ ਲੀਡਰੋਂ ਕੋ ਜੁਆਇਨ ਕਰਵਾਤੀ ਹੈ ਸਤਿਕਾਰ ਨਹੀਂ ਕਰਤੀ ਕੋਈ ਮਿਲਨੇ ਕਾ ਟਾਈਮ ਨਹੀਂ ਦਿੱਤਾ ਸੰਦੀਪ ਪਾਠਕ ਜੀ ਹੈ ਕਿਸੀ ਕਾ ਫੋਨ ਨਹੀਂ ਉਠਾਤੇ ਕਿਸੀ ਕੋ ਮਿਲਤੇ ਨਹੀਂ ਹੈ
और जो इन एक्सपीरियंस पर्सन है उनको आगे लाया जा रहा है, जो तजर्बे कर रहा है उनको पीछे किया जा रहा है। लेकिन जिस तरीके से बीजेपी में शामिल हुए हैं कि वहाँ पर क्या लग रहा है, क्या भविष्य है बीजेपी का पंजाब के अंदर? बहुत रोशन भविष्य है जी, बहुत रोशन भविष्य है। अच्छा, पहले आप अकाली दल में, उसके बाद आम आदमी पार्टी, अब बीजेपी, क्या वजह है अलग अलग पार्टी बदलने की? मैंने पीपी में को ज्वाइन किया था मंत्री बादल के साथ, तब रिजाइन किया था मैंने, फिर चेयरमैन सर को रिजाइन किया और आज मैं इसीलिए आपको छोड़ा कि आप पार्टी जो है वो सत्कार नहीं करती अपने लीडरों का, अपने वर्कर का, वहाँ पर किसी का सत्कार नहीं है। ਫਿਰੋਜ਼ਪੁਰ ਪੁਲਿਸ ਨੇ ਕੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਫਿਰੋਜ਼ਪੁਰ ਪੁਲਿਸ ਨੇ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ 3 ਦੋਸ਼ੀਆਂ ਨੂੰ ਕਾਬੂ ਕੀਤਾ ਅਤੇ ਉਹਨਾਂ ਪਾਸੋਂ ਵਾਰਦਾਤ ਵਿੱਚ ਇਸਤੇਮਾਲ ਕੀਤਾ ਹੋਇਆ ਅਸਲਾ, ਮੋਟਰਸਾਈਕਲ ਅਤੇ ਹਥਿਆਰ ਬਰਾਮਦ ਕੀਤੇ ਨੇ। ਜਾਣਕਾਰੀ ਮੁਤਾਬਕ ਥਾਣਾ ਮੱਖੂ, ਜ਼ਿਲ੍ਹਾ ਫਿਰੋਜ਼ਪੁਰ ਵਿਖੇ ਇੱਕ ਪੁਰਾਣੇ ਹਰੀਕੇ ਹੈੱਡ ਦੇ ਪੁਲ ਪਾਸ ਕੱਚੀ ਪਟੜੀ ਉੱਤੇ ਕਣ ਪਛਾਤੇ ਵਿਅਕਤੀ ਦੀ ਲਾਸ਼ ਪਈ ਹੋਈ ਸੀ। ਮ੍ਰਿਤਕ ਦੀ ਪਹਿਚਾਣ ਜਸ਼ਨਪ੍ਰੀਤ ਸਿੰਘ ਵਾਸੀ ਪਿੰਡ ਗੋਰਖਾ, ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ ਹੈ। ਇਸ ਤੋਂ ਬਾਅਦ ਹੋਈ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ 4 ਦੋਸਤਾਂ ਦਾ ਇੱਕ ਗੈਂਗ ਸੀ ਜੋ ਪੰਜਾਬ ਦੇ ਅਲੱਗ ਅਲੱਗ ਜ਼ਿਲ੍ਹਿਆਂ ਵਿੱਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਅਤੇ ਲੁੱਟ ਦੇ ਪੈਸੇ ਆਪਸ ਵਿੱਚ ਵੰਡ ਲੈਂਦਾ ਸੀ। ਕੁਝ ਦਿਨ ਪਹਿਲਾਂ ਇਹਨਾਂ ਵੱਲੋਂ ਮੋਗਾ ਵਿੱਚ 2 ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਅਤੇ ਪੈਸੇ ਦੀ ਆਪਸੀ ਵੰਡ ਨੂੰ ਲੈ ਕੇ ਇਹਨਾਂ ਵਿੱਚ ਤਕਰਾਰ ਹੋ ਗਿਆ, ਜਿਸ ਦੇ ਚੱਲਦਿਆਂ ਨਵਦੀਪ ਸਿੰਘ, ਜਸਕਰਨ ਸਿੰਘ ਅਤੇ ਤੀਜੇ ਨਾਬਾਲਗ ਲੜਕੇ ਨੇ ਮਿਲ ਕੇ ਜੈਸਨਦੀਪ ਸਿੰਘ ਦਾ ਕਤਲ ਕਰ ਦਿੱਤਾ ਸੀ। SSP ਸੌਮਿਆ ਮਿਸ਼ਰਾ ਨੇ ਕਿਹਾ ਕਿ ਮੁਲਜ਼ਮਾਂ ਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਫਿਰੋਜ਼ਪੁਰ ਜ਼ਿਲ੍ਹੇ ਕੇ ਜ਼ੀਰਾ ਸਬ ਡਿਵੀਜ਼ਨ PS ਮੱਖੂ ਦੇ ਵਿੱਚ ਸਾਨੂੰ ਇੱਕ ਅਨਆਈਡੈਂਟੀਫਾਈਡ ਡੈੱਡ ਬੋਡੀ ਮਿਲੀ ਸੀਗੀ। ਜਦੋਂ ਸਾਨੂੰ ਡੈੱਡ ਬੋਡੀ ਅਸੀਂ ਡਿਸਕਵਰ ਕੀਤੀ, ਉਹਦੇ ਹੱਥ ਬੰਨ੍ਹੇ ਹੋਏ ਸੀਗੇ, ਮੂੰਹ ਦੇ ਵਿੱਚ ਵੀ ਕੱਪੜਾ ਸੀਗਾ ਅਤੇ ਗਨ ਸ਼ੋਟ ਵੂਨਸ ਅਤੇ ਅਨਿਆ ਵੂਨ ਵੀ ਬੋਡੀ 'ਚ ਸੀਗੇ। ਬੋਡੀ ਦੇ ਬਾਰੇ 'ਚ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਸੀਗੀ। ਉਸ ਤੋਂ ਬਾਅਦ ਅਸੀਂ ਉਹਦੇ ਉੱਪਰ ਮੁਕੱਦਮਾ ਦਰਜ ਕੀਤਾ ਐਂਡ ਸਾਡੀ ਵੱਖ ਵੱਖ ਟੀਮੇ ਬਣਾਈ ਗਈ, SP ਇਨਵੈਸਟੀਗੇਸ਼ਨ ਰਣਧੀਰ, DPSP ਜ਼ੀਰਾ ਅਤੇ DPSP ਦੇ ਅੰਦਰ ਟੀਮੇ ਬਣਾਈ ਗਈ। ਜਿੰਨੇ ਵੀ ਨੇਬਰਿੰਗ ਡਿਸਟ੍ਰਿਕਟਸ ਹੈ, ਤਰਨ ਤਾਰਨ, ਸਾਡੀ ਡਿਸਟ੍ਰਿਕਟ ਫਿਰੋਜ਼ਪੁਰ, ਸਾਰੇ ਰੂਟ ਜੋ ਉਸ ਇੰਸੀਡੈਂਟ ਉਸ ਜਗ੍ਹਾ ਨੂੰ ਲੀਡ ਕਰਦੇ ਸੀਗੇ, ਸਾਰੀ ਟੀਮਾਂ ਨੇ ਮਿਲ ਕੇ ਲਗਭਗ 100 ਦੇ ਉੱਪਰ ਕੈਮਰੇ ਚੈੱਕ ਕੀਤੇ। ਫਾਈਨਲੀ ਥਰੂ ਟੈਕਨੀਕਲ ਇਨਪੁੱਟ ਸਾਨੂੰ ਇੱਕ ਖਬਰ ਮੌਸੂਲ ਹੋਈ ਅਤੇ ਹਾਸਿਲ ਹੋਈ ਕਿ ਤਰਨ ਤਾਰਨ ਦੇ ਵਿੱਚ ਕੁਝ ਬੰਦੋ ਦੇ ਵਿਚਕਾਰ ਲੜਾਈ ਹੋਈ ਹੈ। ਉਸ ਲਿੰਕ ਨੂੰ ਫੋਲੋ ਕਰਦੇ ਕਰਦੇ ਅਸੀਂ ਫਾਈਨਲੀ ਇਸ ਮਰਡਰ ਕੇਸ ਕੋ ਟਰੇਸ ਕਰਨੇ ਮੇਂ ਕਾਮਯਾਬ ਹੋਏ ਹਾਂ। ਇਹਦੇ ਵਿੱਚ 3 ਬੰਦੇ ਸ਼ਾਮਿਲ ਸੀਗੇ, ਉਹਦੇ ਵਿੱਚ ਇੱਕ ਜੁਵਨਾਇਲ ਸੀਗਾ, ਇੱਕ ਜਿਹੜਾ ਮੇਨ ਨਵਦੀਪ ਸਿੰਘ, ਉਸਦੀ ਉਮਰ 21 ਸਾਲ ਹੈ, ਉਹਨੂੰ ਅਸੀਂ ਕੋਲਕਾਤਾ ਵੈਸਟ ਬੰਗਾਲ ਸੇ ਫੜ ਕੇ ਲਾਏ ਹੈ, ਅਤੇ ਜਸਕਰਨ ਸਿੰਘ, ਉਹਨੂੰ ਅਸੀਂ ਪੰਜਾਬ ਸੇ ਹੀ ਫੜਿਆ ਹੈਗਾ। ਇਹ ਤਿੰਨੋਂ ਬੰਦੇ ਅਤੇ 4 ਬੰਦੇ ਦੋ ਸੀਗੇ, ਇਹਨਾਂ ਦੇ ਵਿਚਕਾਰ ਲੜਾਈ ਹੋਈ ਜਿਹਦੇ ਕਰਕੇ ਇਹਨਾਂ ਨੇ ਇਹ ਮਰਡਰ ਕੀਤਾ ਹੈ। ਗਰਮੀ ਦੇ ਮੌਸਮ ਦੌਰਾਨ ਵੀ ਵੱਡੀ ਗਿਣਤੀ ਵਿੱਚ ਸ਼ਰਧਾਲੂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਮੱਥਾ ਟੇਕਣ ਲਈ ਆ ਰਹੇ ਨੇ। ਸੰਗਤ ਨੂੰ ਗਰਮੀ ਤੋਂ ਨਿਜਾਤ ਦਿਵਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਵਧੀਆ ਉਪਰਾਲੇ ਕੀਤੇ ਗਏ ਨੇ। ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਨੇ ਦੱਸਿਆ ਕਿ ਦਰਬਾਰ ਸਾਹਿਬ ਵਿਖੇ ਛਾਂ ਲਈ ਚਾਨਣੀ ਦੀ ਵਰਤੋਂ ਅਤੇ ਪ੍ਰਕਰਮਾਂ ਵਿੱਚ ਮੈਟ ਵਿਛਾ ਕੇ ਉਹਦੇ ਉੱਤੇ ਪਾਣੀ ਦਾ ਛਿੜਕਾਅ ਕੀਤਾ ਜਾ ਰਿਹਾ ਹੈ ਤਾਂ ਜੋ ਸੰਗਤ ਨੂੰ ਗਰਮੀ ਤੋਂ ਨਿਜਾਤ ਮਿਲ ਸਕੇ। ਉਹਨਾਂ ਕਿਹਾ ਕਿ ਠੰਡੇ ਜਲ ਦੀ ਛਬੀਲ ਲਗਾਈ ਜਾ ਰਹੀ ਹੈ ਅਤੇ ਪੱਖੇ ਅਤੇ ਕੂਲਰ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਗਰਮੀਆਂ ਦੇ ਸੀਜ਼ਨ ਨੂੰ ਮੁੱਖ ਵੇਖਦੇ ਹੋਏ ਦਰਬਾਰ ਸਾਹਿਬ ਦੇ ਜਿਹੜੇ ਪ੍ਰਕਰਮਾਂ ਦੇ 4 ਸਵੇਰੇ ਆ ਉਹ ਜਿਹੜੀ ਮੈਟਾਂ ਦੀ ਗਿਣਤੀ ਆ ਉਹ ਜਿਹੜੀ ਵਧਾਈ ਹੋਈ ਆ ਉਹ ਉਹਨਾਂ ਦੀ ਚੌੜਾਈ 'ਚ ਗਿਣਤੀ ਵਧਾ ਕੇ ਮੈਟ ਚੌੜੇ ਕਰਕੇ ਵੱਧ ਕਰ ਦਿੱਤੇ ਹਨ ਅਤੇ ਸਮੇਂ ਸਮੇਂ ਉਹਨਾਂ ਨੂੰ ਸੇਵਾਦਾਰਾਂ ਵੱਲੋਂ ਗਿੱਲਾ ਕੀਤਾ ਜਾਂਦਾ ਤਾਂ ਕਿ ਸੰਗਤਾਂ ਦੇ ਜਿਹੜੇ ਗਰਮੀ ਦਾ ਪ੍ਰਕੋਪ ਹੋ ਰਿਹਾ ਉਹਦੇ 'ਚ ਉਹਨਾਂ ਦੇ ਪੈਰ ਨਾ ਸੜਨ। ਸੋ ਜਿੱਥੇ ਗਰਮੀ ਦੇ ਸੀਜ਼ਨ ਨੂੰ ਦੇਖਦੇ ਹੋਏ ਸੰਗਤਾਂ ਦੀ ਛੁੱਟੀਆਂ ਹੋਣ ਕਰਕੇ ਸੰਗਤਾਂ ਦੀ ਆਮਦ ਬਹੁਤ ਜ਼ਿਆਦਾ ਹੋ ਰਹੀ ਆ। ਸੋ ਇਹਨੂੰ ਦੇਖਦੇ ਹੋਏ ਮੇਰੇ ਬਹੁਤ ਹੀ ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ ਧਾਮੀ
ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੋਏ ਆਦੇਸ਼ ਮੁਤਾਬਕ ਜਿੱਥੇ ਸੰਗਤਾਂ ਦੇ ਲਈ ਗਿੱਲੇ ਮੈਟ ਕੀਤੇ ਗਏ ਨੇ ਉੱਥੇ ਉਹਨਾਂ ਦੇ ਲਈ ਛਾਂ ਵਾਸਤੇ ਚਾਨਣੀਆਂ ਦਾ ਵੀ ਪ੍ਰਬੰਧ ਕੀਤਾ ਗਿਆ ਤਾਂ ਕਿ ਸੰਗਤਾਂ ਨੂੰ ਸਿਰ ਦੇ ਉੱਪਰੋਂ ਧੁੱਪ ਨਾ ਲੱਗੇ। ਜਿੱਥੇ ਚਾਨਣੀਆਂ ਦਾ ਮੈਟਾਂ ਦਾ ਪ੍ਰਬੰਧ ਕੀਤਾ ਗਿਆ ਉੱਥੇ ਚਾਰੇ ਕੋਨਿਆਂ 'ਚ ਜਿਹੜੇ ਸਬੀਲਾਂ 'ਤੇ ਠੰਡਾ ਜਲ ਚੱਲ ਰਿਹਾ, ਸੰਗਤ ਗਰਮੀ ਦੇ ਸੀਜ਼ਨ 'ਚ ਠੰਡੇ ਜਲ ਵੀ ਛੱਕ ਰਹੀਆਂ ਨੇ। ਇਸ ਤੋਂ ਇਲਾਵਾ ਕੂਲਰਾਂ ਦਾ, ਪੱਖਿਆਂ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਵਾਰ ਨਿਵੇਕਲੇ ਤੌਰ 'ਤੇ ਇੱਕ ਜਿਹੜਾ ਕੀਤਾ ਗਿਆ ਗਰਮੀ ਦੇ ਨੂੰ ਦੇਖਦੇ ਹੋਏ, ਦਰਸ਼ਨੀ ਡਿਊਟੀ ਦੇ ਸਾਹਮਣੇ ਜਿਹੜਾ ਬਿਲਕੁਲ ਉੱਥੇ ਜਿਹੜਾ ਉਹ ਫੁਹਾਰਾ ਟੈਪ ਇਸ ਵਾਰ ਪਹਿਲੀ ਵਾਰ ਲਗਾਇਆ ਗਿਆ ਅਤੇ ਤਾਂ ਕਿ ਕੋਈ ਸੰਗਤਾਂ ਨੂੰ ਗਰਮੀ ਨਾ ਲੱਗੇ। ਇੱਕ ਗਰਮੀ ਦੇ ਸੀਜ਼ਨ 'ਚ ਮੇਰੀ ਸੰਗਤਾਂ ਨੂੰ ਇੱਕ ਜ਼ਰੂਰ ਅਪੀਲ ਆ, ਜਦੋਂ ਦਰਸ਼ਨ ਮੇਲੇ ਕਰਦੇ ਹਾਂ ਤਾਂ ਲਾਈਨਾਂ 'ਚ ਖੜ੍ਹਦੇ ਹਾਂ, ਕਾਫੀ ਟਾਈਮ ਲੱਗ ਜਾਂਦਾ, ਗਰਮੀ ਦਾ ਸੀਜ਼ਨ ਆ, ਉਹਨੂੰ ਦੇਖ ਥੋੜ੍ਹਾ ਥੋੜ੍ਹਾ ਅਸੀਂ ਡਿਸਟੈਂਸ ਰੱਖ ਕੇ ਤਾਂ ਕਿ ਗਰਮੀ ਤੋਂ ਬਚਿਆ ਜਾ ਸਕੇ। ਥੋੜ੍ਹੀ ਜਿਹੀ ਲਾਈਨ ਹੀ ਲੰਬੀ ਹੋਣੀ ਆ, ਸੋ ਸੰਗਤਾਂ ਨੂੰ ਬੇਨਤੀ ਆ ਕਿ ਆਪਣੇ ਅੱਗੇ ਪਿੱਛੇ ਥੋੜ੍ਹਾ ਜਿਹਾ ਫਾਸਲਾ ਰੱਖ ਕੇ ਅਸੀਂ ਖੜੀਏ ਤਾਂ ਕਿ ਹਵਾ ਆਪਾਂ ਨੂੰ ਵੀ ਲੱਗੇ ਅਤੇ ਦੂਸਰਿਆਂ ਨੂੰ ਵੀ ਲੱਗੇ। ਫਿਰ ਵੀ ਸੰਗਤ ਨੂੰ ਜੇਕਰ ਕੋਈ ਮੁਸ਼ਕਲ ਆਉਂਦੀ ਹੈ ਇਸ ਗਰਮੀ ਦੇ ਸੀਜ਼ਨ 'ਚ ਤਾਂ ਜਿੱਥੇ ਪ੍ਰਕਰਮਾ 'ਚ 56 ਨੰਬਰ ਰੂਮ ਆ ਉੱਥੇ ਸਾਡੇ ਇੰਚਾਰਜ ਨਿਗਰਾਨ ਮੈਨੇਜਰ ਸਾਹਿਬਾਨ ਹਰ ਸਮੇਂ ਹਾਜ਼ਰ ਰਹਿੰਦੇ ਨੇ। ਉਹ ਜੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਆ ਤਾਂ ਉਹਨਾਂ ਨੂੰ ਦੱਸ ਸਕਦੇ ਨੇ ਅਤੇ ਸਾਡੇ ਕੋਲ ਦਫ਼ਤਰ ਆ ਕੇ ਵੀ ਦੱਸ ਸਕਦੇ ਨੇ। ਸਾਰੀਆਂ ਸੰਗਤਾਂ ਦਾ ਧੰਨਵਾਦ ਜੀ ਆਇਆਂ। SGPC ਦਾ ਬੜਾ ਵਧੀਆ ਉਪਰਾਲਾ ਜੀ, ਸੰਗਤਾਂ ਲਈ ਇੱਕ ਧੁੱਪ ਤੋਂ ਬਚਣ ਲਈ ਚਾਨਣੀਆਂ ਲਾਈਆਂ ਗਈਆਂ ਅੰਦਰ ਅਤੇ ਮੈਟ ਵੀ ਵਿਛਾਏ ਹੋਏ ਨੇ ਅਤੇ ਨਾਲ ਕੂਲਰ ਵਗੈਰਾ ਲਾਏ ਹੋਏ ਨੇ ਸਾਰੇ, ਬੜੇ ਵਧੀਆ ਵੱਡੇ ਵੱਡੇ ਕੂਲਰ ਲਾਏ ਹੋਏ ਨੇ ਕਿ ਸੰਗਤਾਂ ਨੂੰ ਗਰਮੀ 'ਚ ਕੋਈ ਮੁਸ਼ਕਲ ਨਾ ਆਵੇ ਅਤੇ ਨਾਲ ਠੰਡੇ ਮਿੱਠੇ ਜਲ ਦੀ ਸਬੀਲਾਂ ਚਾਰੇ ਕੋਨਿਆਂ 'ਚ ਲੱਗੀਆਂ ਹੋਈਆਂ ਨੇ ਕਿ ਸੰਗਤਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਜੀ। ਜਿਵੇਂ ਕਿ ਤਾਪਮਾਨ ਵੱਧਦਾ ਜਾ ਰਿਹਾ, ਗਰਮੀ ਬਹੁਤ ਆ, ਪਰ ਜਿਹੜੀ ਸੰਗਤ ਦੀ ਜਿਹੜੀ ਸ਼ਰਧਾ ਭਾਵਨਾ ਬਹੁਤ ਜ਼ਿਆਦਾ, ਸੰਗਤ ਫਿਰ ਵੀ ਨਤਮਸਤਕ ਹੋਣ ਦੀ ਗੁਰੂ ਘਰ ਪਹੁੰਚਣੀ ਹੈ, ਠੀਕ ਹੈ ਜੀ? ਤੇ ਬੜੀ ਕਿਰਪਾ ਮਹਾਰਾਜ ਗੁਰੂ ਰਾਮਦਾਸ ਜੀ, ਬੜੀ ਕਿਰਪਾ ਜੀ, ਸੰਗਤ ਦੀ ਆਮਦ ਦੇ ਵਿੱਚ ਕੋਈ ਕਸਰ ਨਹੀਂ ਹੈਗੀ ਜੀ, ਸੰਗਤ ਆਪਣਾ ਵੱਧ ਚੜ੍ਹ ਕੇ ਗੁਰੂ ਮਹਾਰਾਜ ਦੇ ਦਰਸ਼ਨਾਂ ਨੂੰ ਆ ਰਹੀਆਂ ਜੀ ਅਤੇ ਸੰਗਤਾਂ ਨੂੰ, ਸਾਡੇ ਮਹਾਰਾਜ ਦਾ ਸਿੱਖੀ ਇਤਿਹਾਸ ਹੀ ਇਹੋ ਜਿਹਾ ਵੀ ਸਾਡੇ ਗੁਰੂ ਸਾਹਿਬ ਇਹਨਾਂ ਦਿਨਾਂ ਦੇ ਵਿੱਚ ਹੀ ਤੱਤੀਆਂ ਤਵੀਆਂ ਦੇ ਇੰਨੇ ਤਸੀਹੇ ਦਿੱਤੇ ਗਏ ਸਾਡੇ ਮਹਾਰਾਜ ਦੇ, ਅਤੇ ਸਾਡੀ ਜਿਹੜੀ ਕੌਮ ਹੈ ਇੱਕ ਉਹਨਾਂ ਦਾ ਹੀ ਸਿੱਖਣਾ ਤਾਂ ਚੱਲਦੀ ਹੈ, ਉਹਨਾਂ ਦੇ ਇੱਕ ਉਪਰਾਲੇ ਚੱਲਦੀ ਹੈ ਜੀ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਫਿਲਹਾਲ ਨਹੀਂ ਜਾਂਦੇ ਨੇ, ਨਿਰਮਾਣ ਦੇ ਮੌਸਮ ਦੇ ਹਾਲ 'ਤੇ ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ। ਧੰਨਵਾਦ।